ਮਾਨ ਸਾਹਿਬ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਇੱਥੇ ਦੂਜੀ ਬਗਰਾੜੀ ਤੁਸੀਂ ਬਣਾਉਣ ਨੂੰ ਫਿਰਦੇ ਹੋ ਦੂਜੀ ਬਗਰਾੜੀ ਬਣ ਜਾਣੀ ਆ ਸੀਐਮ ਸਾਹਿਬ ਅਸੀਂ ਤੁਹਾਡੇ ਤੋਂ ਕੀ ਚੀਜ਼ ਦੀ ਮੰਗ ਕੀਤੀ ਅਸੀਂ ਤੁਹਾਡੇ ਤੋਂ ਮੰਗ ਕੀਤੀ ਸਾਫ਼ ਪਾਣੀ ਦੀ ਸਾਫ਼ ਹਵਾ ਦੀ ਸਾਫ਼ ਮਿੱਟੀ ਦੀ ਪਰ ਤੁਸੀਂ ਸਾਨੂੰ ਇੰਨਾ ਵੱਡਾ 2500 3000 ਬੰਦਾ ਪੁਲਿਸ ਪ੍ਰਸ਼ਾਸਨ ਲਿਆਂ ਕੇ ਸਾਨੂੰ ਠਾ ਰਹੇ ਹੋ ਚਕਾਰਿਓ ਮੋਰਚਾ ਜਿਹੜਾ ਕਿ ਮੋਰਚਾ ਪੰਜਾਂ ਮਹੀਨਿਆਂ ਤੋਂ ਇੱਕ ਸ਼ਾਂਤਮਈ ਸ਼ਾਂਤਮਈ ਚੱਲ ਰਿਹਾ ਮੋਰਚਾ ਅਸੀਂ ਐਟ ਛੱਡੋ ਅਸੀਂ ਫੈਕਟਰੀ ਦਾ ਡੱਕਾ ਨਹੀਂ ਹਲਾਇਆ ਪਰ ਇਸ ਸਰਕਾਰ ਦੀ ਮਾੜੀ ਨੀਤੀ ਆ ਕਰਕੇ ਜਿਹੜੀ ਸ਼ਰਾਬ ਫੈਕਟਰੀ ਨੇ ਸਾਡਾ ਪਾਣੀ ਗੰਦਾ ਕੀਤਾ ਜਿਹੜੀ ਸ਼ਰਾਬ ਫੈਕਟਰੀ ਨੇ ਪਿੰਡ ਮਸੂਰਵਾਲ ਵਿੱਚ 70 ਪਸ਼ੂ ਮਾਰੇ ਜਿਹੜੀ ਸ਼ਰਾਬ ਫੈਕਟਰੀਆਂ ਸਾਡੇ ਪਿੰਡਾਂ ਦੇ ਲੋਕਾਂ ਦੇ ਕਤਲ ਕੀਤੇ ਬਿਮਾਰੀਆਂ ਦੇ ਰੂਪ ਵਿੱਚ ਉਹ ਸ਼ਰਾਬ ਫੈਕਟਰੀ ਦੀ ਅੱਜ ਇਹ ਹਮੈਤ ਕਰ ਰਹੇ ਨੇ ਸਰਕਾਰ ਸਰਕਾਰ ਨੂੰ ਇੱਕ ਦੱਸਣਾ ਚਾਹੁੰਦੇ ਆ ਦਸਾਂ ਚੋਂ ਅੱਠ ਸਿੰਪਲ ਫੇਰ ਹੋਏ ਆ ਸੋਡੇ ਐਸਐਮਓ ਕਸੂਆਣਾ ਨੇ ਉਹ ਸਿੰਪਲ ਕੀਤੇ ਆ 2016 ਦੇ ਵਿੱਚ ਪਬਲਿਕ ਹੇਰਿੰਗ ਹੋਈ ਆ ਉਹ ਪਬਲਿਕ ਹੇਰਿੰਗ ਜਮਨ ਕਲ ਤਾਂ ਸਰਾ ਸਰ galtਾ ਅਤੇ ਜਦੋਂ ਇਹ ਫੈਕਟਰੀ ਲੱਗੀ ਇੱਕ ਝੂਠੀਆਂ ਐਨਓਸੀ ਇਹਨਾਂ ਨੇ ਪ੍ਰਾਪਤ ਕੀਤੀਆਂ ਸਰਕਾਰ ਨੂੰ ਚਾਹੀਦਾ ਸੀਗਾ ਇਹਦੀ ਮੁੱਢਲੀ ਜਾਂਚ ਹੁੰਦੀ ਫੈਕਟਰੀ ਦੀ ਕਿਵੇਂ ਐਨਓਸੀਆਂ ਲਈਆਂ ਕਿਵੇਂ ਪਬਲਿਕ ਹੇਰਿੰਗ ਹੋਈ ਕਿਹੜੇ ਤਰੀਕੇ ਨਾਲ ਫੈਕਟਰੀ ਲੱਗੀ ਉਹਨਾਂ ਅਧਿਕਾਰੀਆਂ ਦੀ ਜਾਂਚ ਹੁੰਦੀ ਵੀਰ ਜੀ ਇਹ ਚੀਜ਼ਾਂ ਤਾਂ ਹੋਈਆਂ ਨਹੀਂ ਇਹ ਚੀਜ਼ਾਂ ਨਾ ਹੋਣ ਕਰਕੇ ਇਹ ਲੋਕਾਂ ਦੇ ਜਿਹੜੇ ਲੋਕਾਂ ਤੋਂ ਮਤਲਬ ਲੋਕਾਂ ਨੂੰ ਠੋਣਾ ਚਾਹੁੰਦੇ ਆ ਜਿਹੜੇ ਲੋਕ ਆਪਣਾ ਹੱਕ ਮੰਗ ਰਹੇ ਆ ਜਿਹੜੇ ਲੋਕ ਮੰਗ ਰਹੇ ਆ ਵੀ ਸਾਨੂੰ ਸਾਫ਼ ਪਾਣੀ ਵੀਰੇ ਸਾਫ਼ ਪਾਣੀ ਚਾਹੀਦਾ ਸਾਡਾ ਜ਼ੀਰੇ ਇਲਾਕਾ ਇਹੋ ਜਿਹਾ ਇਲਾਕਾ ਸੀਗਾ ਜਿਹੜਾ ਕਿ ਪੰਜਾਬ ਤੋਂ ਸਭ ਤੋਂ ਵਧੀਆ ਪਾਣੀ ਜ਼ੀਰੇ ਇਲਾਕੇ ਦਾ ਸੀ ਤੇ ਅੱਜ ਅਸੀਂ ਕਹਿੰਦੇ ਆ ਪੰਜਾਬ ਤੋਂ ਸਭ ਤੋਂ ਮਾੜੇ ਹਾਲਾਤ ਪਾਣੀ ਦੇ ਜ਼ੀਰੇ ਦੇ ਹੋ ਗਏ ਆ ਘਰ ਘਰ ਤੇ ਕੈਂਸਰ ਆ ਟਾਈਫਾਇਡ ਆ ਮਲੇਰੀਆ ਹਰ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਜ਼ੀਰੇ ਚਾ ਜੋ ਕਿ ਛਰਾਫ ਹਟ ਨਹੀਂ ਵੰਡੀਆਂ ਅਸੀਂ ਪਰਸੋਂ ਦਾ ਪ੍ਰਸ਼ਾਸਨ ਸਾਨੂੰ ਬਹੁਤ ਹੀ ਮੈਂਟਲੀ ਹਰਾਸਟ ਕਰ ਰਿਹਾ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੰਨੇ ਆ ਪ੍ਰਸ਼ਾਸਨ ਕਹ ਰਿਹਾ ਨਾ ਨਾ ਮੰਗ ਪੱਤਰ ਇਹ ਨਹੀਂ ਤੁਸੀਂ ਲਿਖਣਾ ਜੋ ਅਸੀਂ ਕਵਾਂਗੇ ਉਹ ਲਿਖੋ ਮੰਗ ਪੱਤਰ ਅਸੀਂ ਦੇਣਾ ਮੰਗਾ ਸਾਡੀਆਂ ਲਿਖਾ ਸਾਡਾ ਪ੍ਰਸ਼ਾਸਨ ਦੇ ਆ ਧੱਕੇ ਨਾਲ ਅਸੀਂ ਉਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਆ ਸਾਡਾ ਮੰਗ ਪੱਤਰ ਆ ਜੀ ਆ ਮੰਗ ਪੱਤਰ ਇਹਦੇ ਵਿੱਚ ਘਟੋ ਘਟ 11 12 ਮੰਗਾ ਨੇ ਇਹ ਤੁਸੀਂ ਤੁਹਾਡੀ ਡਿਊਟੀ ਆ ਸੀਐਮ ਆਫਿਸ ਪਹੁੰਚਾਓ ਸਾਡੀ ਅਸੀਂ ਬੇਨਤੀ ਕਰਦੇ ਆ ਸੀਐਮ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਹੱਥ ਜੋੜ ਕੇ ਬੇਨਤੀ ਆ ਤੇ ਝੋਲੀ ਢੱਕ ਕੇ ਫਰਿਆਦ ਆ ਅਸੀਂ ਵੀ ਤੁਹਾਡੀ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਹਾਂ ਅਸੀਂ ਵੀ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਅਸੀਂ ਜਦੋਂ ਤੁਸੀਂ ਆਮ ਆਦਮੀ ਪਾਰਟੀ ਜਿੱਤੀ ਸੀ ਆ ਐਮਐਲਏ ਨਰੇਸ਼ ਕੁਟਾਰੀਆ ਬਣਿਆ ਸੀ ਤੇ ਅਸੀਂ ਜੀਰੇ ਦੇ ਵਿੱਚ ਭੰਗੜੇ ਪਾਏ ਸੀ ਢੋਲ ਦੇ ਡੱਗਿਆਂ ਤੇ ਅਸੀਂ ਅੱਜ ਸਤਾਏ ਹੋਏ ਹਾਂ ਅੱਜ ਅਸੀਂ ਮਰ ਰਹੇ ਹਾਂ ਅੱਜ ਜੇ ਕੋਈ ਅਣਹੋਣੀ ਘਟਨਾ ਹੁੰਦੀ ਹੈ ਜੀ ਪਹਿਲਾਂ ਤਾਂ ਇਹ ਜਿੰਮੇਵਾਰ ਭਗਵੰਤ ਮਾਨ ਸਰਕਾਰ ਸੀਐਮ ਸਾਹਿਬ ਦੂਜੇ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਜਿਹੜੀ ਇਹ ਇਹਨਾਂ ਨੇ ਚਿੱਠੀ ਲੀਕ ਕਰਾਈ ਜਾਂ ਕੀਤੀ ਜਾਂ ਇੱਕ ਡਰੋਨ ਦੇ ਵਾਸਤੇ ਉਹ ਜਿਹੜੇ ਪੁਲਿਸ ਵਾਲਿਆਂ ਦੇ ਵਿਦ ਨੇਮ ਸਾਡੇ ਕੋਲੇ ਹੈਗੇ ਆ ਅਸੀਂ ਤੁਹਾਨੂੰ ਭੇਜ ਦਿੰਨੇ ਆ ਉਹ ਵੀ ਚਲਾਇਓ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਵੀ ਕਿਉਂਕਿ ਅਸੀਂ ਸ਼ਾਂਤਮਈ ਬੈਠੇ ਆ ਠੀਕ ਆ ਜੀ ਇਹ ਜਿਹੜਾ ਧਰਨਾ ਇਹ ਸਾਰੇ ਪਿੰਡਾਂ ਦੇ ਲੋਕਾਂ ਦਾ ਸਿੱਖ ਜਥੇਬੰਦੀਆਂ ਦਾ ਕਿਸਾਨ ਜਥੇਬੰਦੀਆਂ ਦਾ ਅਸੀਂ ਤੁਹਾਡੇ ਮੱਧ ਬਰਾਹੀਂ ਕਹਿੰਨੇ ਆ ਮਾਨ ਸਾਹਿਬ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਇੱਥੇ ਦੂਜੀ ਬਗਰਾੜੀ ਤੁਸੀਂ ਬਣਾਉਣ ਨੂੰ ਫਿਰਦੇ ਹੋ ਦੂਜੀ ਬਗਰਾੜੀ ਬਣ ਜਾਣੀ ਆ ਤੇ ਇਹਦਾ ਜਵਾਬ ਤੁਹਾਨੂੰ ਦੇਣਾ ਔਖਾ ਹੋ ਜਾਣਾ ਅਸੀਂ ਬੇਨਤੀ ਕਰਦੇ ਆ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦੇ ਦਿਓ ਅਸੀਂ ਤੁਹਾਨੂੰ ਇਹ ਕੋਲੇ ਆਪਦੇ ਦੁੱਖ ਦਰਦ ਦੱਸ ਸਕੀਏ ਅਸੀਂ ਦੁੱਖ ਦਰਦ ਤੁਹਾਨੂੰ ਦੱਸ ਰਹੇ ਆ ਪਰ ਪ੍ਰਸ਼ਾਸਨ ਸਾਨੂੰ ਲੱਗਦਾ ਤੁਹਾਡੇ ਤਾਂ ਸਹੀ ਗੱਲ ਨਹੀਂ ਪਹਚਾਰਿਆ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਸਤਾਏ ਹੋਏ ਲੋਕ ਪਿੰਡਾਂ ਦੇ ਆ ਜੀ ਸਤਾਏ ਹੋਏ ਲੋਕ ਪਿੰਡਾਂ ਦੇ ਬੈਠੇ ਆ ਜੇ ਕੋਈ ਇੱਥੇ ਕੋਈ ਘਟਨਾ ਹੋਈ ਮੈਂ ਵਾਰ-ਵਾਰ ਕਹਿੰਨਾ ਜਿਹੜੇ ਪੁਲਿਸ ਵਾਲਿਆਂ ਦੇ ਨਾਮ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਵੇ ਸੀਐਮ ਭਗਵੰਤ ਮਾਨ ਉੱਤੇ ਕਾਰਵਾਈ ਹੋਵੇ ਪੰਜਾਬ ਸਰਕਾਰ ਉੱਤੇ ਕਾਰਵਾਈ ਹੋਵੇ ਅਤੇ ਨਾਲ ਦੀਪ ਮਲੋਤਰਾ ਡੈਂਪੀ ਮਲੋਤਰਾ ਤੇ ਗੌਰਵ ਮਲੋਤਰਾ ਅਤੇ ਇਹ ਇੰਡਸਟਰੀ ਉੱਤੇ ਬਣਦੀ ਕਾਰਵਾਈ ਹੋਵੇ ਜੀ ਅਸੀਂ ਸ਼ਾਂਤਮਈ ਬੈਠੇ ਆਂ ਸ਼ਾਂਤਮਈ ਹੀ ਬੈਠੇ ਰਾਵਾਂਗੇ ਇਹ ਤੁਹਾਡਾ ਵਾਅਦਾ ਹੈ